ਬਾਹਰ ਨੀ ਨਾ ਆਵੇ ਜੀ ਇੱਥੇ, ਇੱਥੇ ਗੱਡੀਆਂ ਖੜੀਆਂ ਬਾਹਰ ਦੀਆਂ। ਜੇ ਮੇਰੀ ਗੱਲ ਸੁਣੋ, ਜੇ ਕੋਈ ਗੱਡੀ ਬਾਹਰ ਨੀ ਫੜ ਲਈ ਮੈਂ ਪ੍ਰੋਪਰ ਕਾਰਵਾਈ ਕਰੂੰਗਾ। ਦੋਨੋਂ ਪਾਰਟੀਆਂ ਬੇਸ਼ੱਕ ਕਾਂਗਰਸ ਦੀ ਹੈ ਬੇਸ਼ੱਕ ਅਕਾਲੀ ਹੈ, ਮੈਂ ਇਹ ਚਾਹੁੰਦਾ ਕਿ ਗੱਡੀਆਂ ਬਾਹਰ ਦੀਆਂ ਨਾ ਖੜੀਆਂ ਤੇ ਖੜੀਆਂ ਗੱਡੀਆਂ ਅੱਜ ਹੁਣ ਤੋਰੀਆਂ ਨੇ। ਪਿੰਡ ਦੀ ਬੂਥੀ ਪੋਲਿੰਗ ਚੱਲਦੀ ਪਈ ਹੈ, ਪਿੰਡ ਚੋਂ ਬੰਦੇ ਢੋਣ ਦੀ ਲੋੜ ਨੀ, ਜਿਹੜੇ ਬੰਦੇ ਆਉਂਦੇ ਸਾਰੇ ਵੋਟਾਂ ਪਾਉਣਗੇ। ਮੇਰੀ ਤੁਹਾਨੂੰ ਇਹ ਬੇਨਤੀ ਆ, ਫੇਅਰ ਐਂਡ ਫਰੀ ਇਲੈਕਸ਼ਨ ਹੁਣ ਜੇ ਰੀਪੋਲ ਹੋ ਰਹੀ ਆ, ਮੈਂ ਆਪ ਖੜਾ ਇੱਥੇ। ਬੜਾ ਮਿਹਰਬਾਨੀ, ਜੇ ਕੋਈ ਗੱਡੀ ਬਾਹਰ ਲਈ ਆਈ ਆਈ ਵਿਲ ਟੇਕ ਪ੍ਰੋਪਰ ਐਕਸ਼ਨ। ਬੇਸ਼ੱਕ ਕਾਂਗਰਸ ਸੁਣੋ, ਜੇ ਕੋਈ ਕਾਂਗਰਸ ਦਾ ਆ ਬੇਸ਼ੱਕ ਅਕਾਲੀ ਦੋਨਾਂ ਦਾ ਕਰਾਂਗੇ। ਮਾਰੇ ਕਾਇਮ ਦੀ ਗੱਡੀ ਨੇ ਮੈਂ ਤੁਹਾਨੂੰ ਜਿਹੜੀ ਦੱਸਤੀ, ਜੇ ਤੁਹਾਡੀ ਇੱਕ ਬੇਨਤੀ ਸੁਣੋ ਸਾਡੀ ਵੀ, ਅਸੀਂ ਜਿਹੜੀਆਂ ਵੋਟਾਂ ਗੱਡੀਆਂ ਨਾ ਲਾਓ, ਉੱਥੋਂ ਪਿੱਛੋਂ ਕੋਈ ਤੁਰ ਕੇ ਮੈਨੂੰ ਗਾਈਡ ਨਾ ਕਰੋ ਜੀ, ਇੱਥੋਂ ਪਿੱਛੇ ਗੱਡੀਆਂ ਲਾਓ, ਇਹ ਤੁਹਾਡੇ ਨਾਲ ਵਾਅਦਾ। ਬਾਹਰ ਦਾ ਬੰਦਾ ਕੋਈ ਵੀ ਗੱਡੀ ਲੈ ਕੇ, ਤੁਸੀਂ ਗੱਡੀਆਂ ਲੈ ਕੇ ਬੰਦੇ ਇੱਥੇ ਢੋਣੇ ਨੀ, ਗੱਡੀਆਂ ਲੈ ਕੇ ਕੋਈ ਬੂਥ ਤੇ ਨੀ ਜਾਣੇ। ਇੱਕ ਪਿੰਡ ਹੈਗਾ, ਪਿੰਡ ਦੇ ਅੰਦਰੋਂ ਵੋਟਾਂ ਪੈ ਰਹੀਆਂ, ਜਿਹੜੇ ਜਿਹੜੇ ਬੰਦੇ ਵੋਟਾਂ ਪਾਉਣ ਆਉਣਗੇ ਉਹ ਆਪਣੇ ਆਪ ਚੱਲ ਕੇ ਆ ਸਕਦੇ। ਜੇ ਕਿਸੇ ਦੀ ਦੁੱਖ ਤਕਲੀਫ ਹੈ, ਕੋਈ ਬੰਦਾ ਚੱਲ ਨਹੀਂ ਸਕਦਾ, ਜਾਂ ਬੰਦੇ ਦੀ ਚੱਲਣ ਦੀ ਪ੍ਰੋਬਲਮ ਹੈ, ਉਹ ਬੰਦੇ ਨੂੰ ਲਿਆ ਸਕਦੇ ਹਾਂ, ਉਹ ਟਿਲ ਦੀ ਗੇਟ ਤੱਕ ਅੱਗੇ ਅੰਦਰ ਤੱਕ ਅਸੀਂ ਭੇਜਾਂਗੇ ਜਿਹੜੇ ਬੰਦੇ ਦੀ ਚੱਲ ਨਹੀਂ ਸਕਦਾ। ਪਰ ਜੇ ਕੋਈ ਬੰਦਾ ਹੋ ਰਿਹਾ, ਕੋਈ ਬੰਦੇ ਤੁਸੀਂ ਢੋ ਕੇ ਲਿਆ ਰਹੇ ਹਾਂ, ਮੈਂ ਬਿਲਕੁਲ ਕਾਰਵਾਈ ਕਰੂੰਗੀ। ਮੈਂ ਤੁਹਾਨੂੰ ਵੀ ਦੱਸਦਾ।